ਜੇ ਕੈਰੀ ਔਨ ਜੱਟਾ ਅੰਗਰੇਜ਼ ਜੱਟ ਐਂਡ ਜੂਲੀਅਟ ਵੇਖ ਬਰਾਤਾਂ ਚੱਲੀਆਂ ਮਿਸਟਰ ਐਂਡ ਮਿਸਿਸ 420 ਨਿੱਕਾ ਜੈਲਦਾਰ ਤੇ ਗੁੱਲਕ ਬੁਗਣੀ ਬੈਂਕ ਤੇ ਬਟਵਾ ਵਰਗੀਆਂ ਅਨੇਕਾਂ ਪੰਜਾਬੀ ਫਿਲਮਾਂ ਨੇ ਤੁਹਾਨੂੰ ਹਸਾ ਹਸਾ ਕੇ ਕਮਲਾ ਕਰ ਦਿੱਤਾ ਤੇ ਉਹਦੀ ਅਸਲ ਵਜ੍ਹਾ ਨੇ ਇਹ ਪੰਜਾਬੀ ਐਕਟਰਸ ਜਿਨ੍ਹਾਂ ਤੋਂ ਬਿਨਾਂ ਅੱਜ ਕੋਈ ਵੀ ਪੰਜਾਬੀ ਫਿਲਮ ਬਣ ਨਹੀਂ ਸਕਦੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਉਹਨਾਂ ਦੀ ਜ਼ਿੰਦਗੀ ਦੇ ਸਫ਼ਰ ਤੇ ਝਾਤ ਮਾਰਨ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਵੀ ਉਹ ਇੱਕ ਫਿਲਮ ਲਈ ਕਿੰਨਾ ਪੈਸਾ ਚਾਰਜ ਕਰਦੇ ਨੇ ਇਹਨਾਂ ਵਿੱਚ ਕਈ ਐਕਟਰਸ ਇਹੋ ਜਿਹੇ ਨੇ ਜੋ ਪੇਮੈਂਟ ਪਰ ਡੇ ਦੇ ਹਿਸਾਬ ਨਾਲ ਲੈਂਦੇ ਨੇ ਤੇ ਕਈ ਐਕਟਰਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਹਰ ਫਿਲਮ ਲਈ ਇੱਕ ਲੰਬਸਮ ਅਮਾਊਂਟ ਮਿਲਦਾ ਹੈ ਅਨੀਤਾ ਦੇਵਗਨ ਪੰਜਾਬੀ ਸਿਨੇਮਾ ਦੀ ਐਂਟਰਟੇਨਮੈਂਟ ਕੁਈਨ ਅਨੀਤਾ ਦੇਵਗਨ ਨੇ ਸ਼ੁਰੂ ਤਾਂ LLB ਕੀਤੀ ਸੀ ਪਰ ਉੱਥੇ ਉਹਨਾਂ ਦਾ ਐਕਟਿੰਗ ਤੇ ਥੀਏਟਰ ਵਿੱਚ ਇੰਨਾ ਇੰਟਰਸਟ ਵੱਧ ਗਿਆ ਵੀ ਉਹਨਾਂ ਨੇ LLB ਦੇ ਫਾਈਨਲ ਪੇਪਰ ਦਿੱਤੇ ਹੀ ਨਹੀਂ ਹਕੀਮ ਤਾਰਾਚੰਦ ਤੇ ਨੂਰੀ ਵਰਗੇ ਸੀਰੀਅਲਸ ਵਿੱਚ ਆਪਣਾ ਜਲਵਾ ਦਿਖਾਉਣ ਤੋਂ ਬਾਅਦ ਅਨੀਤਾ ਦੇਵਗਨ ਨੇ ਬੱਬੂ ਮਾਨ ਦੀ ਹਸ਼ਰ ਫਿਲਮ ਦੇ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਐਂਡ ਉਸ ਤੋਂ ਬਾਅਦ ਉਹ ਪੰਜਾਬੀ ਸਿਨੇਮਾ ਦੇ ਬੇਬੇ ਵਜੋਂ ਮਸ਼ਹੂਰ ਹੋ ਗਏ ਜੱਟ ਐਂਡ ਜੂਲੀਅਟ ਅੰਗਰੇਜ਼ ਬੰਬੂ ਕਾਟ ਮੰਜੇ ਬਿਸਤਰੇ ਰੱਬ ਦਾ ਰੇਡੀਓ ਤੇ ਨੀ ਮੈਂ ਸੱਸ ਕੁੱਟਣੀ ਵਰਗੀਆਂ ਫਿਲਮਾਂ ਲਈ ਮਸ਼ਹੂਰ ਅਨੀਤਾ ਦੇਵਗਨ ਪਰ ਡੇ ਬੇਸਿਸ ਤੇ ਚਾਰਜ ਕਰਦੇ ਨੇ ਤੇ ਇੱਕ ਦਿਨ ਦਾ ਉਹਨਾਂ ਨੂੰ ਮਿਲਦਾ ਹੈ 10 ਤੋਂ 15 ਹਜ਼ਾਰ ਰੁਪਇਆ ਪਾਣੀ ਦੀ ਸਹੇਲੀ ਨੂੰ ਛੱਡ ਗਿਆ ਜਿਵੇਂ ਤੂੰ ਕੱਲ ਤਾਂ ਇਹਦੇ ਨਾਲ ਲਮਕਿਆ ਫਿਰਦਾ ਨਾ ਮੈਨੂੰ ਨਹੀਂ ਲੱਗਦਾ ਵੀ ਤੂੰ ਇਹਦੀ ਸਹੇਲੀ ਨੂੰ ਛੱਡੇਗਾ ਗੁਰਪ੍ਰੀਤ ਪੰਗੂ ਬਠਿੰਡਾ ਪੰਜਾਬ ਤੋਂ ਆਉਣ ਵਾਲੇ ਗੁਰਪ੍ਰੀਤ ਕੌਰ ਪੰਗੂ ਨੇ ਫਿਜ਼ੀਕਲ ਐਜੂਕੇਸ਼ਨ ਦੀ ਪੜ੍ਹਾਈ ਕੀਤੀ ਤੇ ਇੱਕ ਟਾਈਮ ਤੇ ਸਰਕਾਰੀ ਟੀਚਰ ਵੀ ਰਹੇ ਕਹਿੰਦੇ ਨੇ ਇੱਕ ਕਾਮਯਾਬ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਪਰ ਗੁਰਪ੍ਰੀਤ ਕੌਰ ਪੰਗੂ ਦੀ ਕਾਮਯਾਬੀ ਦੇ ਪਿੱਛੇ ਇੱਕ ਵੱਡਾ ਹੱਥ ਉਹਨਾਂ ਦੇ ਹਸਬੈਂਡ ਸਰਵਨ ਸਿੰਘ ਪੰਗੂ ਦਾ ਵੀ ਰਿਹਾ ਜਿੱਥੇ ਮੈਡਮ ਦੇ ਕੰਮ ਜਾਣ ਤੋਂ ਬਾਅਦ ਉਹਨਾਂ ਨੇ ਘਰ ਦਾ ਰੋਟੀ ਟੋਕ ਵੀ ਸੰਭਾਲਿਆ ਉੱਥੇ ਹੀ ਮੈਡਮ ਨੂੰ ਐਕਟਿੰਗ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਖੂਬ ਹੱਲਾਸ਼ੇਰੀ ਵੀ ਦਿੱਤੀ ਅਰਦਾਸ ਅਸੀਸ ਹਰਜੀਤਾ ਗੁੱਡੀਆਂ ਪਟੋਲੇ ਸਿੰਘ ਵਰਸਿਸ ਕੌਰ ਤੇ ਨਿੱਕਾ ਜੈਲਦਾਰ 2 ਵਰਗੀਆਂ ਅਨੇਕਾਂ ਪੰਜਾਬੀ ਫਿਲਮਾਂ ਤੋਂ ਇਲਾਵਾ ਗੁਰਪ੍ਰੀਤ ਪੰਗੂ ਮੌਸਮ ਤੇ ਬਿੱਟੂ ਬੌਸ ਵਰਗੀਆਂ ਕਈ ਹਿੰਦੀ ਫਿਲਮਾਂ ਵਿੱਚ ਵੀ ਸ਼ਿਰਕਤ ਕਰ ਚੁੱਕੇ ਨੇ ਅੱਜ ਉਹਨਾਂ ਨੂੰ ਇੱਕ ਦਿਨ ਲਈ ਮਿਲਦਾ ਹੈ 20,000 ਰੁਪਇਆ ਵੀਰ ਦਾ ਤਾਂ ਮੈਨੂੰ ਪਤਾ ਨਹੀਂ ਕਿਤੇ ਤੂੰ ਨਾ ਘਰੋਂ ਨਿਕਲ ਜੀ ਨਾ ਜਿਹੜੇ ਵਿਚਾਰੇ ਜਵਾਕ ਨੂੰ ਦੇਖਣ ਆਉਣਾ ਹੈ ਉਹ ਤਾਂ ਅਜੇ ਨਾਤਾ ਨਹੀਂ ਨਿਰਮਲ ਰਿਸ਼ੀ ਪੰਜਾਬ ਦੇ ਸਭ ਤੋਂ ਬਿਜ਼ੀ ਐਕਟਰ ਨਿਰਮਲ ਰਿਸ਼ੀ ਪਿਛਲੇ 50 ਸਾਲਾਂ ਤੋਂ ਥੀਏਟਰ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਰਹੇ ਨੇ ਐਂਡ ਹੁਣ ਤੱਕ 100 ਤੋਂ ਵੱਧ ਫਿਲਮਾਂ ਕਰ ਚੁੱਕੇ ਨੇ ਇੱਕ ਟਾਈਮ ਤੇ ਉਹ ਫਿਜ਼ੀਕਲ ਐਜੂਕੇਸ਼ਨ ਇਨਸਟ੍ਰਕਟਰ ਸਨ ਕਮਾਲ ਦੇ ਖੋ-ਖੋ ਪਲੇਅਰ ਸਨ ਐਂਡ NCC ਕੈਡਟ ਵਜੋਂ ਦਿੱਲੀ ਦੀ ਇੰਡੀਆ ਗੇਟ ਵਾਲੀ 26 ਜਨਵਰੀ ਪਰੇਡ ਵਿੱਚ ਵੀ ਹਿੱਸਾ ਲੈ ਚੁੱਕੇ ਨੇ ਪਰ ਇਹ ਸਭ ਚੀਜ਼ਾਂ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਐਕਟਿੰਗ ਤੋਂ ਦੂਰ ਨਹੀਂ ਰੱਖ ਸਕੀਆਂ ਉਹ ਭਾਵੇਂ 1983 ਵਿੱਚ ਆਈ ਫਿਲਮ ਲੌਂਗ ਲਿਸ਼ਕਾਰਾ ਵਾਲੀ ਗੁਲਾਬੋ ਮਾਸੀ ਹੋਵੇ ਜਾਂ ਨਿੱਕਾ ਜੈਲਦਾਰ ਵਾਲੀ ਦਲੀਪ ਕੌਰ ਜੋ ਸਿੱਧੀ ਚਿੱਤੜਾਂ ਤੇ ਗੋਲੀ ਮਾਰਦੀ ਹੈ ਨਿਰਮਲ ਰਿਸ਼ੀ ਪੰਜਾਬੀ ਸਿਨੇਮਾ ਨੂੰ ਪਤਾ ਨਹੀਂ ਕਿੰਨੇ ਹੀ ਆਈਕੋਨਿਕ ਰੋਲਸ ਦੇ ਚੁੱਕੇ ਨੇ ਉਹਨਾਂ ਤੋਂ ਬਿਨਾਂ ਅੱਜ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ ਨਿਰਮਲ ਰਿਸ਼ੀ ਪਰ ਡੇ ਬੇਸਿਸ ਤੇ ਚਾਰਜ ਕਰਦੇ ਨੇ ਆਪਣੇ ਇੱਕ ਦਿਨ ਲਈ ਉਹਨਾਂ ਨੂੰ ਮਿਲਦਾ ਹੈ 25,000 ਤੋਂ 30,000 ਰੁਪਇਆ ਇੱਥੇ ਕੀ ਹੈ ਸਪਰੇਹਾਂ ਫਾਹੇ ਮਿੱਟੀ ਘੱਟਾ ਗੱਲ ਸੁਣ ਲੈ ਜਿੰਨੀ ਬਾਰੀ ਆਇਆ ਨਾ ਉਨੀ ਬਾਰੀ ਮੁੜ ਜਾ ਰੁਪਿੰਦਰ ਗਾਂਧੀ ਡਾਕੂਆਂ ਦਾ ਮੁੰਡਾ ਛੜਾ ਤੇ ਸੁਫਣਾ ਵਰਗੀਆਂ ਫਿਲਮਾਂ ਨਾਲ ਆਪਣੇ ਆਪ ਨੂੰ ਇੱਕ ਕਾਬਿਲ ਸਪੋਰਟਿੰਗ ਐਕਟਰ ਵਜੋਂ ਇਸਟੈਬਲਿਸ਼ ਕਰਨ ਵਾਲੇ ਜਗਜੀਤ ਸੰਧੂ ਨੂੰ Amazon Prime ਦੀ ਪਤਾਲ ਲੋਕ ਵੈਬ ਸੀਰੀਜ਼ ਨਾਲ ਵੱਡਾ ਫੇਮ ਮਿਲਿਆ ਅੱਜ ਉਹਨਾਂ ਨੂੰ ਇੱਕ ਪੰਜਾਬੀ ਫਿਲਮ ਲਈ ਮਿਲਦਾ ਹੈ ਲਗਭਗ 15 ਲੱਖ ਰੁਪਇਆ ਸ਼ੇਰਾ ਵਾਲੀ ਮਾਤਾ ਪਲੀਜ਼ ਕਮ ਪਲੀਜ਼ ਕਮ ਓਏ ਲੋਇਨ ਵਾਲੀ ਮਾਤਾ ਪਲੀਜ਼ ਕਮ ਪਲੀਜ਼ ਕਮ ਹਾਰਵੀ ਸੰਘਾ ਐਕਟਰ ਬਣਨ ਤੋਂ ਪਹਿਲਾਂ ਇੱਕ ਕੰਪਾਊਂਡਰ ਵਜੋਂ ਕੰਮ ਕਰਦੇ ਸਨ ਫਿਰ ਗੁਰਪ੍ਰੀਤ ਘੁੱਗੀ ਉਹਨਾਂ ਨੂੰ ਐਕਟਿੰਗ ਦੇ ਖੇਤਰ ਵਿੱਚ ਲੈ ਕੇ ਆਏ ਆਪਣੇ ਸ਼ੋਅ ਘੁੱਗੀ ਦੇ ਬਰਾਤੀ ਨਾਲ ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਹਰਭਜਨ ਮਾਨ ਦੀ ਫਿਲਮ ਅਸਾਨੂੰ ਮਾਣ ਵਤਨਾਂ ਦੇ ਨਾਲ ਕੀਤੀ ਐਂਡ ਉਸ ਤੋਂ ਬਾਅਦ ਹੁਣ ਤੱਕ 50 ਤੋਂ ਵੱਧ ਫਿਲਮਾਂ ਕਰ ਚੁੱਕੇ ਨੇ ਆਪਣੀ ਇੱਕ ਫਿਲਮ ਲਈ ਹਾਰਵੀ ਸੰਘਾ ਨੂੰ ਮਿਲਦਾ ਹੈ 15 ਤੋਂ 20 ਲੱਖ ਰੁਪਇਆ ਤੇ ਯਾਦ ਤਾਂ ਮੈਂ ਉਦੋਂ ਹੀ ਦਿਨ ਹਨ ਜਦੋਂ ਮੈਂ ਖੁਸ਼ ਹੁੰਦਾ ਨਾ ਹੁਣ ਕਿਵੇਂ ਜੀ ਤੁਸੀਂ ਹੁਣ ਮੈਂ ਖੁਸ਼ ਨਹੀਂ BN ਸ਼ਰਮਾ ਪੰਜਾਬੀ ਸਿਨੇਮਾ ਦੇ ਸਭ ਤੋਂ ਚਹੀਤੇ ਐਕਟਰ ਬਦਰੀਨਾਥ ਸ਼ਰਮਾ ਉਰਫ BN ਸ਼ਰਮਾ ਨੇ ਪੰਜਾਬ ਪੁਲਿਸ ਵਿੱਚ ਐਜ਼ ਅ ਕਨਸਟੇਬਲ ਸਰਵਿਸ ਦੌਰਾਨ ਹੀ 40-45 ਫਿਲਮਾਂ ਕਰ ਲਈਆਂ ਸਨ 1987 ਵਿੱਚ ਆਈ ਵਿਸਾਖੀ ਨਾਮ ਦੀ ਪਹਿਲੀ ਫਿਲਮ ਕਰਨ ਵਾਲੇ BN ਸ਼ਰਮਾ ਹੁਣ ਤੱਕ 70 ਤੋਂ ਵੱਧ ਫਿਲਮਾਂ ਕਰ ਚੁੱਕੇ ਨੇ ਜੱਟ ਐਂਡ ਜੂਲੀਅਟ ਵਿੱਚ ਸ਼ੈਂਪੀ ਦੇ ਡੈਡੀ ਤੇ ਕੈਰੀ ਔਨ ਜੱਟਾ ਵਿੱਚ ਹਨੀ ਦੇ ਡੈਡੀ ਵਰਗੇ ਕਈ ਆਈਕੋਨਿਕ ਰੋਲਸ ਕਰਨ ਵਾਲੇ BN ਸ਼ਰਮਾ ਨੂੰ ਮਿਲਦਾ ਹੈ ਆਪਣੀ ਇੱਕ ਫਿਲਮ ਲਈ 25 ਤੋਂ 35 ਲੱਖ ਰੁਪਇਆ ਕੁੜੀ ਖਾਤਰ ਆਪਣਾ ਪਿਓ ਛੱਡ ਦੇਗਾ ਇਹੋ ਜਿਹੇ ਪਿਓ ਨੂੰ ਛੱਡ ਦੇਗਾ ਜਿਹਨੇ ਉਂਗਲੀ ਫੜ ਕੇ ਤੈਨੂੰ ਤੁਰਨਾ ਸਿਖਾਇਆ ਕਰਮਜੀਤ ਅਨਮੋਲ ਮਸ਼ਹੂਰ ਪੰਜਾਬੀ ਗਾਇਕ ਕੁਲਦੀਪ ਮਾਣਕ ਦੇ ਭਾਂਜੇ ਕਰਮਜੀਤ ਅਨਮੋਲ ਸ਼ੁਰੂ ਤੋਂ ਹੀ ਇੱਕ ਗਾਇਕ ਬਣਨਾ ਚਾਹੁੰਦੇ ਸੀ ਪਰ ਕਿਸਮਤ ਨੇ ਉਹਨਾਂ ਨੂੰ ਗਾਇਕ ਦੇ ਨਾਲ ਨਾਲ ਪੰਜਾਬ ਦਾ ਸਭ ਤੋਂ ਸ਼ਾਨਦਾਰ ਕਮੇਡੀਅਨ ਵੀ ਬਣਾ ਦਿੱਤਾ
ਭਗਵੰਤ ਮਾਨ ਦੇ ਸ਼ੋਅ ਜੁਗਨੂੰ ਮਸਤ ਮਸਤ ਨਾਲ ਲੋਕਾਂ ਨੂੰ ਹਸਾਉਣ ਤੋਂ ਬਾਅਦ ਕਰਮਜੀਤ ਅਨਮੋਲ ਨੇ ਲਾਈ ਲੱਗ ਤੇ ਕੌਣ ਕਿਸੇ ਦਾ ਬੇਲੀ ਵਰਗੀਆਂ ਫਿਲਮਾਂ ਦੇ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਵੈਸਟ ਇਜ਼ ਵੈਸਟ ਨਾਮ ਦੀ ਹਾਲੀਵੁੱਡ ਫਿਲਮ, ਦੇਵਡੀ ਤੇ ਸਿੰਘ ਇਜ਼ ਬਲਿੰਗ ਵਰਗੀਆਂ ਬਾਲੀਵੁੱਡ ਫਿਲਮਾਂ, ਗੋਰਿਆਂ ਨੂੰ ਦਫਾ ਕਰੋ, ਕੈਰੀ ਔਨ ਜੱਟਾ, ਜਿਹਨੇ ਮੇਰਾ ਦਿਲ ਲੁੱਟਿਆ ਤੇ ਨਿੱਕਾ ਜੈਲਦਾਰ ਵਰਗੀਆਂ 80 ਤੋਂ ਵੱਧ ਪੰਜਾਬੀ ਫਿਲਮਾਂ ਕਰ ਚੁੱਕੇ ਕਰਮਜੀਤ ਅਨਮੋਲ ਨੂੰ ਇੱਕ ਫਿਲਮ ਲਈ ਮਿਲਦਾ ਹੈ 35 ਤੋਂ 45 ਲੱਖ ਰੁਪਈਆ। ਜਸਵਿੰਦਰ ਪੱਲਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ BSc ਤੇ MSc ਤੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ PhD ਕਰਨ ਵਾਲੇ ਜਸਵਿੰਦਰ ਪੱਲਾ ਪੇਸ਼ੇ ਵਜੋਂ ਇੱਕ ਪ੍ਰੋਫੈਸਰ, ਇੱਕ ਕਾਮੇਡੀਅਨ ਤੇ ਇੱਕ ਐਕਟਰ ਰਹਿ ਚੁੱਕੇ ਨੇ। 27 ਤੋਂ ਵੱਧ ਸ਼ਨਕਾਟਾ ਐਲਬਮਸ ਕੱਢਣ ਵਾਲੇ ਜਸਵਿੰਦਰ ਪੱਲਾ ਦੁੱਲਾ ਪੱਟੀ ਤੇ ਮਾਹੌਲ ਠੀਕ ਹੈ ਵਰਗੀਆਂ ਫਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਵਿੱਚ ਆਏ ਤੇ ਅੱਜ ਉਹ ਆਪਣੇ ਤਕੀਆ ਕਲਾਮਾਂ ਲਈ ਮਸ਼ਹੂਰ ਨੇ, ਜਿਵੇਂ ਕਿ ਮੈਂ ਤਾਂ ਭੰਨ ਦੂੰ ਬੁੱਲਾਂ ਨਾਲ ਅਖਰੋਟ, ਜੇ ਚੰਡੀਗੜ੍ਹ ਢਹਿ ਜੂੰ ਪਿੰਡਾਂ ਵਰਗਾ ਤਾਂ ਰਹਿ ਜੂੰ, ਐਂਡ ਦ ਵਰਲਡ ਫੇਮਸ ਢਿੱਲੋਣੇ ਕਾਲਾ ਕੋਟ ਐਵੇਂ ਨਹੀਂ ਪਾਇਆ, ਗੰਦੀ ਲਾਦ ਨਾ ਮਜ਼ਾ ਨਾ ਸਵਾਦ, ਮਿਸਟਰ ਐਂਡ ਮਿਸਿਸ 420, ਗੁੱਲਕ ਬੁਗਣੀ ਬੈਂਕ ਤੇ ਬਟਵਾ, ਜੱਟ ਐਂਡ ਜੂਲੀਅਟ, ਕੈਰੀ ਔਨ ਜੱਟਾ ਵਰਗੀਆਂ ਫਿਲਮਾਂ ਵਿੱਚ ਕਈ ਯਾਦਗਾਰ ਪਰਫਾਰਮੈਂਸਿਸ ਦੇਣ ਵਾਲੇ ਜਸਵਿੰਦਰ ਪੱਲਾ ਨੂੰ ਆਪਣੀ ਇੱਕ ਫਿਲਮ ਲਈ ਮਿਲਦਾ ਹੈ 40 ਤੋਂ 50 ਲੱਖ ਰੁਪਈਆ। ਲਾਓ ਤੁਸੀਂ ਹੱਥ ਤਾਂ ਪੁੱਤ, ਮੈਂ ਐਸਾ ਲਾਉਂ ਕਿ ਹੱਥ ਲਾ ਲਾ ਵੇਖੇਗਾ, ਮੈਂ ਖੜਾ ਹੀ ਤੇਰੇ ਸਹੁਰਿਆਂ ਦੇ ਘਰੇ ਆਂ। ਗੁਰਪ੍ਰੀਤ ਘੁੱਗੀ ਪੰਜਾਬ ਦੇ ਕਾਮੇਡੀ ਕਿੰਗ ਗੁਰਪ੍ਰੀਤ ਸਿੰਘ ਵੜੈਚ ਉਰਫ ਗੁਰਪ੍ਰੀਤ ਘੁੱਗੀ ਨੇ ਥੀਏਟਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਫਿਰ TV ਸੀਰੀਜ਼ ਰੌਣਕ ਮੇਲਾ ਤੇ ਸੋਪ ਓਪੇਰਾ ਪਰਛਾਵੇਂ ਤੋਂ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਆਏ, ਪਰ ਉਹਨਾਂ ਨੂੰ ਇੰਟਰਨੈਸ਼ਨਲ ਫੇਮ ਮਿਲਿਆ ਘੁੱਗੀ ਜੰਕਸ਼ਨ ਤੇ ਘੁੱਗੀ ਸ਼ੋ ਮੰਤਰ ਦੇ ਸ਼ੋਜ਼ ਵਿੱਚ ਲੀਡ ਰੋਲਸ ਦੇ ਨਾਲ। ਜਿਹੜੀ ਫਿਲਮ ਨੇ ਪੰਜਾਬੀ ਸਿਨੇਮਾ ਦੀ ਵਾਪਸੀ ਕਰਾਈ, ਉਸੇ ਫਿਲਮ ਜੀ ਆਇਆਂ ਨੂੰ ਨੇ ਘੁੱਗੀ ਦੀ ਫਿਲਮਾਂ ਵਿੱਚ ਐਂਟਰੀ ਵੀ ਕਰਾਈ, ਐਂਡ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਪੰਜਾਬੀ ਫਿਲਮਾਂ ਤੋਂ ਇਲਾਵਾ ਘੁੱਗੀ, ਨਮਸਤੇ ਲੰਡਨ, ਸਿੰਘ ਇਜ਼ ਕਿੰਗ ਤੇ ਰੇਸ ਵਰਗੀਆਂ ਕਈ ਸੁਪਰ ਹਿੱਟ ਬਾਲੀਵੁੱਡ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਨੇ। ਸਟਾਰਵਨ ਦੇ ਦ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਤੇ ਹੰਸ ਬਲੀਏ ਵਰਗੇ ਸ਼ੋਜ਼ ਨੇ ਘੁੱਗੀ ਦੇ ਸਟਾਰਡਮ ਵਿੱਚ ਹੋਰ ਵਾਧਾ ਕੀਤਾ। ਅੱਜ ਆਪਣੀ ਇੱਕ ਪੰਜਾਬੀ ਫਿਲਮ ਲਈ ਘੁੱਗੀ ਨੂੰ ਵੀ 40 ਤੋਂ 50 ਲੱਖ ਰੁਪਈਆ ਮਿਲਦਾ ਹੈ। ਤੈਨੂੰ ਕਿਹਨੇ ਕੁੜੀ ਦੇ ਦਿੱਤੀ, ਕਿਉਂ ਕੀ ਗੱਲ, ਮੇਰੇ ਫੇਫੜਿਆਂ 'ਚ ਰੇਸ਼ ਹੈ, ਗੱਲ ਕਰਦੇ ਤੇ ਮੂੰਹ 'ਚ ਬਲਗਮ ਡਿੱਗਦੀ ਹੈ, ਕੀੜੇ ਪਏ ਮੈਨੂੰ। ਬੀਨੂ ਢਿੱਲੋ ਤੁਰੀ ਸੰਗਰੂਰ ਤੋਂ ਆਉਣ ਵਾਲੇ ਬਰਿੰਦਰ ਸਿੰਘ ਢਿੱਲੋ ਉਰਫ ਬੀਨੂ ਢਿੱਲੋ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰਸ ਇਨ ਥੀਏਟਰ ਐਂਡ TV ਦੀ ਪੜ੍ਹਾਈ ਕਰਨ ਤੋਂ ਬਾਅਦ ਐਜ਼ ਅ ਭੰਗੜਾ ਆਰਟਿਸਟ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਉਹਨਾਂ ਨੂੰ UK ਤੇ ਜਰਮਨੀ ਦੇ ਇੰਡੀਅਨ ਫੈਸਟੀਵਲਸ ਵਿੱਚ ਭੰਗੜਾ ਪਾਉਣ ਦਾ ਮੌਕਾ ਮਿਲਿਆ। ਪੱਦੂ, ਸਰਹੱਦ, ਮਨ ਜੀਤੇ ਜੱਗ ਜੀਤ, ਚੰਨੋ ਚੰਨ ਵਰਗੀ, ਜੁਗਨੂ ਹਾਜ਼ਰ ਹੈ ਤੇ ਜੁਗਨੂ ਮਸਤ ਮਸਤ ਵਰਗੇ TV ਸੀਰੀਅਲਸ ਵਿੱਚ ਕੰਮ ਕਰਨ ਤੋਂ ਬਾਅਦ ਬੀਨੂ ਢਿੱਲੋਂ ਨੇ ਫਿਲਮਾਂ ਵੱਲ ਰੁਖ ਕੀਤਾ, ਐਂਡ ਅੱਜ ਪੰਜਾਬੀ ਸਿਨੇਮਾ ਦੇ ਸਭ ਤੋਂ ਚਰਚਿਤ ਐਕਟਰ ਤੇ ਕਾਮੇਡੀਅਨ ਬਣ ਚੁੱਕੇ ਨੇ। ਐਜ਼ ਅ ਸਪੋਰਟਿੰਗ ਐਕਟਰ ਸਫਲ ਹੋਣ ਤੋਂ ਬਾਅਦ ਬੀਨੂ ਢਿੱਲੋਂ ਨੇ ਮਿਸਟਰ ਐਂਡ ਮਿਸਿਸ 420, ਵੇਖ ਬਰਾਤਾਂ ਚੱਲੀਆਂ, ਕਾਲਾ ਸ਼ਾਹ ਕਾਲਾ ਤੇ ਝੱਲੇ ਵਰਗੀਆਂ ਫਿਲਮਾਂ ਵਿੱਚ ਐਜ਼ ਅ ਲੀਡ ਐਕਟਰ ਵੀ ਆਪਣਾ ਜਾਦੂ ਚਲਾਇਆ ਤੇ ਉਹ ਨੇ ਸਾਡੀ ਇਸ ਲਿਸਟ ਦੇ ਹਾਈਐਸਟ ਪੇਡ ਐਕਟਰ। ਇੱਕ ਫਿਲਮ ਲਈ ਲੈਂਦੇ ਨੇ 1 ਤੋਂ 1.5 ਕਰੋੜ ਰੁਪਈਆ। ਤੈਨੂੰ ਸ਼ਰਮ ਨਹੀਂ ਆਉਂਦੀ, ਮੈਂ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਇਹਨਾਂ ਐਕਟਰਸ ਵਿੱਚੋਂ ਤੁਹਾਨੂੰ ਕਿਹੜਾ ਐਕਟਰ ਸਭ ਤੋਂ ਜ਼ਿਆਦਾ ਪਸੰਦ ਹੈ ਉਹਦਾ ਨਾਮ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਜ਼ਰੂਰ ਦੱਸਿਓ, ਤੇ ਨਾਲ ਨਾਲ ਇਹ ਵੀ ਦੱਸਿਓ ਵੀ ਹੋਰ ਕਿਸ ਤਰ੍ਹਾਂ ਦੀਆਂ ਵੀਡੀਓਜ਼ ਤੁਸੀਂ ਇਸ ਚੈਨਲ ਤੇ ਵੇਖਣਾ ਚਾਹੋਗੇ। ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦਿਓ।